हेलो दोस्तों, स्वागत है तुहाडा एग्जाम स्टडी विच। अज है जो असी वैकेंसी की गल करांगे वो पीएन विच आईआं ने, पंजाब नैशनल बैंक रिक्रूटमेंट 2019। 325 वैकेंसी ने ते इहदी अपलाई दे अपलाई करन दी डेट स्टार्ट हो चुकी है। तो इस तों इलावा असी इहदे एग्जाम दे जो सिलेबस है इहदी लास्ट डेट किन्नी है, किन्नी इहदी फीस हैगी ते किन्ने नंबर दा जिहड़ा एग्जाम होएगा उहदे बारे तुहानूं फुल डिटेल दस्सांगे। इस तों पहलां ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਜੋ ਤੁਹਾਨੂੰ ਜੋਬ ਸੰਬੰਧੀ ਅਤੇ ਜੋ ਵੀ ਨੈਕਸਟ ਐਗਜ਼ਾਮ ਹੋਣ ਵਾਲਾ ਹੁੰਦਾ ਹੈ ਉਸ ਸੰਬੰਧੀ ਵੀਡੀਓ ਮਿਲ ਸਕੇ। ਤਾਂ ਚਲੋ ਜੀ, ਹੁਣ ਤੁਹਾਨੂੰ ਦੱਸਦੇ ਹਾਂ ਇਹਦੀ ਫੁੱਲ ਡਿਟੇਲ। ਪੰਜਾਬ ਨੈਸ਼ਨਲ ਬੈਂਕ ਇਹ ਗਵਰਨਮੈਂਟ ਆਫ ਇੰਡੀਆ ਅੰਡਰਟੇਕਿੰਗ ਹਿਊਮਨ ਹੈ ਜੋ ਰਿਸੋਰਸ ਡਿਵੈਲਪਮੈਂਟ ਡਿਵੀਜ਼ਨ ਕਾਰਪੋਰੇਟ ਆਫਿਸ ਸੈਕਟਰ 10 ਦਵਾਰਕਾ ਨਿਊ ਦਿੱਲੀ 11-00-75। ਇਹਦੀ ਜੋ ਓਪਨਿੰਗ ਡੇਟ ਆ ਔਨਲਾਈਨ ਦੀ ਰਜਿਸਟ੍ਰੇਸ਼ਨ ਦੀ, ਤੁਸੀਂ ਅਪਲਾਈ ਫਾਰਮ ਕਰ ਸਕਦੇ ਹੋ, ਉਹ 1-2-2019 ਹੈ, ਯਾਨੀ ਕਿ ਫਰਵਰੀ ਦੀ 1 ਤਰੀਕ ਹੈ। ਅਤੇ ਕਲੋਜ਼ਿੰਗ ਡੇਟ ਹੈ ਇਹਦੀ ਔਨਲਾਈਨ ਰਜਿਸਟ੍ਰੇਸ਼ਨ 15-2-2019, ਇਹਦੀ ਕਲੋਜ਼ਿੰਗ ਡੇਟ ਹੈ। ਟੈਂਟੇਟਿਵ ਡੇਟ ਆਫ ਔਨਲਾਈਨ ਐਗਜ਼ਾਮੀਨੇਸ਼ਨ, ਐਗਜ਼ਾਮ ਇਹਦਾ ਜੋ 17-3-2019 ਨੂੰ ਹੋਵੇਗਾ, ਤੀਜੇ ਮੰਥ ਵਿੱਚ ਯਾਨੀ ਕਿ ਮਾਰਚ ਵਿੱਚ, 17 ਮਾਰਚ ਨੂੰ। ਡਾਊਨਲੋਡਿੰਗ ਹੈ ਜੋ ਤੁਸੀਂ ਕਾਲ ਲੈਟਰਸ ਹੈ ਟੈਸਟ ਲਈ ਹੈ ਜੋ 8-3-2019 ਨੂੰ ਕਰ ਸਕਦੇ ਹੋ, ਸਾਈਟ 'ਤੇ ਅਵੇਲੇਬਲ ਹੋਣਗੇ ਤੁਹਾਨੂੰ ਮੈਸੇਜ ਰਾਹੀਂ ਜਾਂ ਜੀਮੇਲ ਰਾਹੀਂ ਜੋ ਵੀ ਤੁਸੀਂ ਅਪਲਾਈ ਕਰਨ ਵੇਲੇ ਐਡ ਕਰੋਗੇ ਮਿਲ ਜਾਣਗੇ। ਅਤੇ ਇਹਦੀਆਂ ਵੈਕੈਂਸੀਜ਼ ਨੇ 325 ਨੇ, ਨੇਮ ਓਫ ਪੋਸਟ, ਗ੍ਰੇਡ ਸਕੇਲ, ਨੰਬਰ ਓਫ ਵੈਕੈਂਸੀ ਦਿੱਤੀ ਹੋਈਆਂ ਨੇ ਇਹ, ਅਤੇ ਨਾਲ ਹੀ ਇਹਦੀ ਪੇ ਸਕੇਲ ਦਿੱਤੀ ਹੋਈ ਹੈ, ਜਿਵੇਂ ਕਿ ਸੀਨੀਅਰ ਮੈਨੇਜਰ ਨੇ ਕ੍ਰੈਡਿਟ MM3, ਇਹਦੀ ਵੈਕੈਂਸੀ 51 ਨੇ। ਮੈਨੇਜਰ ਕ੍ਰੈਡਿਟ ਇਕੱਲਾ ਮੈਨੇਜਰ ਹੈ, MMG ਸਕੇਲ ਸੈਕਿੰਡ, 26 ਵੈਕੈਂਸੀਆਂ ਨੇ ਇਹਦੀਆਂ। ਸੀਨੀਅਰ ਮੈਨੇਜਰ ਲਾ, ਇਹਦੀਆਂ 55 ਵੈਕੈਂਸੀਆਂ ਨੇ। ਮੈਨੇਜਰ HRD, ਇਹਦੀਆਂ ਜੋ 18 ਵੈਕੈਂਸੀਆਂ ਨੇ। ਅਤੇ ਆਫੀਸਰ IT, JMG ਸਕੇਲ 1, ਇਹਦੀਆਂ 120 ਵੈਕੈਂਸੀਆਂ ਨੇ। ਇਸ ਤੋਂ ਅੱਗੇ ਸੈਕਿੰਡ ਡਿਟੇਲ ਆਫ ਰਿਜ਼ਰਵੇਸ਼ਨਸ ਹੈ, MMG ਸਕੇਲ 3, 106, SC ਇਹਦੇ ਵਿੱਚ 16 ਨੇ, ST ਦੀਆਂ 8 ਨੇ, OBC ਦੀਆਂ 28 ਨੇ, ਅਤੇ ਜਰਨਲ ਦੀਆਂ 54 ਨੇ। ਫਿਰ ਹੈ MMG ਸਕੇਲ 2, ਇਹ 'ਚ 99 ਪੋਸਟਾਂ ਨੇ, SC ਦੀਆਂ ਜੋ 15 ਨੇ, ST ਦੀਆਂ 7, OBC ਦੀਆਂ 27, ਅਤੇ ਜਰਨਲ ਦੀਆਂ 50। GMG ਸਕੇਲ 1, ਇਹਦੀਆਂ 125 ਨੇ, ਜਿਸ ਵਿੱਚੋਂ 20 SC ਦੀਆਂ ਨੇ, 10 ST ਦੀਆਂ ਨੇ, ਅਤੇ 29 ਨੇ ਜੋ OBC ਦੀਆਂ, ਅਤੇ 61 ਜਨਰਲ ਕੈਟਾਗਰੀ ਦੀਆਂ ਨੇ। ਇਸ ਤੋਂ ਬਾਅਦ ਹੈ ਜੋ ਏਜ, ਐਜੂਕੇਸ਼ਨ, ਕੁਆਲੀਫਿਕੇਸ਼ਨ ਪੋਸਟਾਂ ਦੇ ਹਿਸਾਬ ਨਾਲ ਹੈ, ਉਹ ਵੀ ਤੁਹਾਨੂੰ ਦੱਸ ਦਿੰਦੇ ਕਿੰਨੀ ਹੈ। ਸੀਨੀਅਰ ਮੈਨੇਜਰ ਕ੍ਰੈਡਿਟ, ਇਹਦੀ 25-37 ਸਾਲ ਵਿਚਕਾਰ ਤੁਹਾਡੀ ਏਜ ਹੋਣੀ ਚਾਹੀਦੀ ਹੈ। ਅਤੇ ਇਹਦੀ ਕੁਆਲੀਫਿਕੇਸ਼ਨ ਹੈ ਜੋ CA CWA MBA ਜਾਂ PGDM ਮੰਗਿਆ ਇਹਨਾਂ ਨੇ, ਪੋਸਟ ਗ੍ਰੈਜੂਏਸ਼ਨ ਡਿਗਰੀ, ਡਿਪਲੋਮਾ, NAICT ਅਪਰੂਵਡ ਇੰਸਟੀਚਿਊਟ, ਕਿਸੇ ਵੀ ਇੰਸਟੀਚਿਊਟ ਤੋਂ ਹੈ ਜੋ ਅਪਰੂਵਡ ਹੋਣੀ ਚਾਹੀਦੀ ਹੈ। ਪੋਸਟ ਗ੍ਰੈਜੂਏਸ਼ਨ ਵਾਲਾ ਵੀ ਇਹਨੂੰ ਅਪਲਾਈ ਕਰ ਸਕਦਾ ਹੈ ਜਾਂ ਡਿਪਲੋਮਾ ਕੀਤਾ ਹੋਵੇ। ਇਸ ਤੋਂ ਬਾਅਦ ਹੈ ਜੋ ਮਿਨੀਮਮ 5 ਈਅਰਸ ਆਫ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਮੰਗਿਆ ਇਹਨਾਂ ਨੇ, ਇਨ ਬੈਂਕਸ, PSU, ਕੋਰਪੋਰੇਟ ਹਾਈ ਵੈਲਿਊ ਕ੍ਰੈਡਿਟ, NBFC 'ਚ। ਅੱਗੇ ਹੈ ਜੋ ਮੈਨੇਜਰ ਕ੍ਰੈਡਿਟ, ਇਹਦੀ ਏਜ ਹੈ ਜੋ 25-35, ਅਤੇ ਇਹਨਾਂ ਨੇ ਵੀ ਇਸ ਵਿੱਚ ਵੀ ਹੈ ਜੋ ਕੁਆਲੀਫਿਕੇਸ਼ਨ ਪੋਸਟ ਗ੍ਰੈਜੂਏਸ਼ਨ ਡਿਗਰੀ, ਡਿਪਲੋਮਾ ਇਹ ਨਹੀਂ ਕੋਈ ਵੀ ਕਿਸੇ ਸੰਸਥਾ ਤੋਂ ਮਨਜ਼ੂਰ ਹੋਵੇ। ਅਤੇ ਇਹਨਾਂ ਨੇ ਜੋ ਅੱਗੇ ਐਕਸਪੀਰੀਅੰਸ ਹੈਗਾ, ਮੈਕਸੀਮਮ ਮਿਨੀਮਮ 3 ਈਅਰਸ ਆਫ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਇਨ ਬੈਂਕਸ, PSU, ਕੋਰਪੋਰੇਟ ਹਾਈ ਵੈਲਿਊ ਕ੍ਰੈਡਿਟ, ਇਹਨਾਂ ਦਾ ਸੇਮ ਹੀ ਹੈ। ਸੀਨੀਅਰ ਮੈਨੇਜਰ ਲਾ, 28-35 ਸਾਲ ਏਜ ਮੰਗੀ ਇਹਨਾਂ ਨੇ, ਇਹਦੇ ਵਿਚਕਾਰ ਹੋਣੀ ਚਾਹੀਦੀ ਹੈ। ਗ੍ਰੈਜੂਏਟ ਵਿਦ ਏ ਡਿਗਰੀ ਕੁਆਲੀਫਿਕੇਸ਼ਨ ਹੈ ਇਨ ਲਾ ਮੰਗੀ ਇਹਨਾਂ ਨੇ, 5 ਈਅਰਸ ਇੰਟੀਗ੍ਰੇਟਡ ਕੋਰਸ ਫੋਰ ਦਾ ਯੂਨੀਵਰਸਿਟੀ ਰਿਕੋਗਨਾਈਜ਼ਡ ਬਾਏ ਦਾ ਗਵਰਨਮੈਂਟ ਆਫ ਇੰਡੀਆ, ਮੈਕਸੀਮਮ ਆਫ 7 ਈਅਰਸ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਜਾਂ ਤੁਹਾਡੇ ਕੋਲ ਐਜ ਲਾ ਆਫੀਸਰ ਇਨ ਏ ਲੀਗਲ ਡਿਪਾਰਟਮੈਂਟ ਆਫ ਕਮੈਰੀਕਲ ਬੈਂਕ, ਸਟੇਟ ਆਫ ਸੈਂਟਰਲ ਗਵਰਨਮੈਂਟ
ਗਵਰਨਮੈਂਟ ਆ ਉਸ ਵਿੱਚ ਮੰਗੇ ਇਹਨਾਂ ਨੇ। ਇਸ ਤੋਂ ਬਾਅਦ ਹੈ ਜੋ ਮੈਨੇਜਰ HRD, ਇਹਨਾਂ ਦੀ ਏਜ 25 ਤੋਂ 35 ਵਿਚਕਾਰ ਹੈ ਅਤੇ ਮੈਨੇਜਰ ਲਾ ਦੀ ਇਕੱਲਾ ਮੈਨੇਜਰ ਹੈ 25 ਤੋਂ 32 ਸਾਲ। ਕੁਆਲੀਫਿਕੇਸ਼ਨ ਐਕਸਪੀਰੀਅੰਸ ਸੇਮ ਹੈ ਇਸ ਵਿੱਚ ਪਹਿਲਾਂ ਦੀ ਤਰ੍ਹਾਂ। ਮੈਨੇਜਰ HRD ਵਿੱਚ ਵੀ ਜੋ ਇਹਨਾਂ ਨੇ ਆ 2 ਈਅਰ ਫੁੱਲ ਟਾਈਮ ਨੋਟ ਥਰੂ ਡਿਸਟੈਂਸ ਮੋਡ ਆਫ ਐਜੂਕੇਸ਼ਨ ਪੋਸਟ ਗ੍ਰੈਜੂਏਟ ਡਿਗਰੀ ਡਿਪਲੋਮਾ ਪਰਸਨਲ ਮੈਨੇਜਮੈਂਟ ਇੰਡਸਟਰੀਅਲ ਰਿਲੇਸ਼ਨਸ ਕੁਆਲੀਫਿਕੇਸ਼ਨ 'ਚ ਮੰਗਿਆ ਇਹਨਾਂ ਨੇ ਜੀ, ਅਤੇ ਮੈਕਸੀਮਮ 3 ਈਅਰਸ ਐਕਸਪੀਰੀਅੰਸ ਐਜ ਏ ਔਫਿਸਰ ਮੰਗਿਆ ਇਹਨਾਂ ਨੇ। ਔਫਿਸਰ ITI ਇਹਦੀ 21 ਤੋਂ 28 ਏਜ ਹੈ, ਇਹਦੇ ਵਿਚਕਾਰ ਹੋਣੀ ਚਾਹੀਦੀ ਹੈ। ਫੁੱਲ ਟਾਈਮ ਕੋਰਸ ਇਨ MCA, BE ਜਾਂ BTEC ਡਿਗਰੀ ਇਨ ਇਲੈਕਟ੍ਰੀਸ਼ਨ ਐਂਡ ਕਮਿਊਨੀਕੇਸ਼ਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਫਰੋਮ ਏ ਯੂਨੀਵਰਸਿਟੀ ਜਾਂ ਇੰਸਟੀਚਿਊਟ ਰਿਕੋਨਾਈਜ਼ਡ ਬਾਏ ਦਾ ਗਵਰਨਮੈਂਟ ਆਫ ਇੰਡੀਆ। ਇਹਨਾਂ ਨੇ ਕੁਆਲੀਫਿਕੇਸ਼ਨ ਹੈ ਜੋ ਮੰਗੀ ਹੈ, ਮਿਨੀਮਮ ਇੱਕ ਸਾਲ ਦਾ ਹੈ ਜੋ ਐਕਸਪੀਰੀਅੰਸ ਮੰਗਿਆ ਇਹਨਾਂ ਨੇ। ਅਤੇ ਇਸ ਤੋਂ ਬਾਅਦ ਹੈ ਜੋ ਇਹਦਾ ਇਗਜ਼ਾਮ ਵੀ ਹੋਏਗਾ, ਇਹਨਾਂ ਨੇ ਸਪੈਸ਼ਲ ਨੋਟ ਦਿੱਤਾ ਹੋਇਆ ਹੈ ਜਿਸ ਵਿੱਚ ਇੰਟਰਵਿਊ ਬਾਰੇ ਲਿਖਿਆ ਹੋਇਆ ਇਹਨਾਂ ਨੇ। ਅਤੇ ਜੋ ਵੀ ਤੁਸੀਂ ਇਗਜ਼ਾਮ ਕਲੀਅਰ ਕਰੋਗੇ ਤਾਂ ਉਹਦਾ ਵੀ ਐਜ਼ ਏ ਪਰੂਫ ਤੁਹਾਨੂੰ ਨਾਲ ਲੈ ਕੇ ਜਾਣਾ ਪਵੇਗਾ। ਇਸ ਨੋਟ ਦਾ ਇਹਨਾਂ ਨੇ ਇਹੀ ਦੱਸਿਆ ਹੋਇਆ ਹੈ, ਡਾਕੂਮੈਂਟ ਤੁਹਾਡੇ ਅਸਲੀ ਹੋਣਗੇ ਜੋ ਤੁਹਾਡੀ ਕੁਆਲੀਫਿਕੇਸ਼ਨ ਹੋਵੇਗੀ। ਅਤੇ ਇਸ ਤੋਂ ਇਲਾਵਾ ਤੁਹਾਡੇ ਯੂਨੀਵਰਸਿਟੀ ਦੇ ਪਰੂਫ ਹੋਣਗੇ ਜਿੱਥੋਂ ਤੁਸੀਂ ਕੀਤੀ ਹੈ ਉਹ ਨਾਲ ਲੈ ਕੇ ਜਾਣੇ ਹੈ। ਇਸ ਤੋਂ ਬਾਅਦ ਹੈ ਜੀ ਇਗਜ਼ਾਮ ਕਿਸ ਤਰ੍ਹਾਂ ਦਾ ਹੋਵੇਗਾ, ਕਿੰਨੇ ਨੰਬਰ ਦਾ ਹੋਵੇਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। 200 ਨੰਬਰ ਦਾ ਇਗਜ਼ਾਮ ਹੋਏਗਾ ਜਿਹਦੇ ਵਿੱਚ ਰੀਜਨਿੰਗ ਹੈ 50 ਨੰਬਰ ਦੀ, ਇੰਗਲਿਸ਼ ਲੈਂਗੁਏਜ ਵੀ 50 ਨੰਬਰ ਦੀ, ਕੁਆਂਟੀਟਿਵ ਐਪਟੀਟਿਊਡ ਇਹ ਵੀ 50 ਨੰਬਰ ਦਾ, ਪ੍ਰੋਫੈਸ਼ਨਲ ਨੌਲੇਜ ਇਹ ਵੀ 50 ਨੰਬਰ ਦੀ। ਟੋਟਲ ਹੈ ਜੋ 200 ਨੰਬਰ ਦਾ ਪੇਪਰ ਹੋਵੇਗਾ। ਮੈਕਸੀਮਮ ਮਾਰਕਸ ਵੀ ਦਿੱਤੇ ਹੋਏ ਇਹਨਾਂ ਨੇ, ਇੰਗਲਿਸ਼ ਲੈਂਗੁਏਜ 'ਚੋਂ 50 'ਚੋਂ 25 ਨੇ, ਦੂਜੇ 'ਤੇ 50-50 ਨੇ। ਅਤੇ ਨੈਗਟਿਵ ਮਾਰਕਿੰਗ ਦਾ ਇਹਨਾਂ ਨੇ ਅਜੇ ਕੁਝ ਵੀ ਨਹੀਂ ਦੱਸਿਆ, ਇਹਦੇ ਵਿੱਚ ਸ਼ਾਇਦ ਨੈਗਟਿਵ ਮਾਰਕਿੰਗ ਨਹੀਂ ਹੈ। 120 ਮਿੰਟ ਦਾ ਹੈ ਜੋ ਤੁਹਾਨੂੰ ਟਾਈਮ ਮਿਲੇਗਾ ਇਸ ਇਗਜ਼ਾਮ ਲਈ। ਅਗਲੀ ਗੱਲ ਫੀਸ ਦੀ ਹੈ ਜੀ, ਕਿੰਨੀ ਫੀਸ ਹੈ ਇਸਦੀ। SC ST ਲਈ ਕੈਟਾਗਰੀ ਵਾਲਾ ਜੋ 50 ਪਰ ਕੈਂਡੀਡੇਟ ਔਨਲਾਈਨ ਚਾਰਜਸ ਨੇ, ਅਤੇ ਜਨਰਲ ਕੈਟਾਗਰੀ OBC ਲਈ 400 ਰੁਪਏ ਦਾ ਹੈ ਜੋ ਇਹਨਾਂ ਦੀ ਫੀਸ ਹੈ। ਸੋ ਗਾਈ ਜੇਕਰ ਤੁਸੀਂ ਇਸ ਪੋਸਟ ਲਈ ਕੁਆਲੀਫਾਈ ਹੋ, ਇੰਟਰਸਟਡ ਹੋ, ਤਾਂ ਇਸ ਨੂੰ ਅਜੇ ਜ਼ਰੂਰ ਅਪਲਾਈ ਕਰਿਓ। ਇਹਦੀ ਔਨਲਾਈਨ ਡੇਟ ਹੈ ਜੋ 1 ਫਰਵਰੀ ਨੂੰ ਸਟਾਰਟ ਹੋ ਰਹੀ ਹੈ, ਅਤੇ ਮੈਂ ਤੁਹਾਨੂੰ ਦੱਸ ਦਿੱਤਾ ਗਿਆ ਹੈ। ਸੋ ਦੋਸਤੋ, ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।